ਜਲੰਧਰ ਪੰਜਾਬ ਦਾ ਰਹਿਣ ਵਾਲਾ ਮਨਰੂਪ ਸਿੰਘ ਇੱਕ ਗੁਰਸਿੱਖ ਬਿਰਤੀ ਦਾ ਆਦਮੀ ਹੈ। ਚਿਹਰੇ ਉੱਤੇ ਨਾਮ ਬਾਣੀ ਨਾਲ ਉੱਭਰਿਆ ਹੋਇਆ ਨੂਰ, ਦੇਖਣ ਵਾਲਾ ਬੰਦਾ ਦੇਖਦਿਆਂ ਹੀ ਪਰਮਾਤਮਾ ਦੀ ਇੱਕ ਝਲਕ ਪਾ ਜਾਂਦਾ ਸੀ। ਦੱਸਿਆ ਜਾਂਦਾ ਹੈ ਕਿ ਮਨਰੂਪ ਸਿੰਘ ਦੇ ਬਚਪਨ ਦੇ ਵਿੱਚ ਹੀ ਮਾਤਾ ਪਿਤਾ ਗੁਜ਼ਰ ਗਏ ਸਨ। ਬਹੁਤ ਹੀ ਗਰੀਬੀ ਦੇ ਵਿੱਚ ਉਸਨੇ ਆਪਣਾ ਜੀਵਨ ਗੁਜ਼ਾਰਿਆ। ਆਪਣਾ ਜੀਵਨ ਯਾਦ ਕਰਦਿਆਂ ਹਾਲੇ ਵੀ ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ। ਕਿਸੇ ਰਿਸ਼ਤੇਦਾਰ ਨੇ ਉਸ ਦੀ ਬਾਂਹ ਨਾ ਫੜੀ ਤੇ ਉਹ ਇਸ ਦੁਨੀਆ ਦੇ ਵਿੱਚ ਇਕੱਲਾ ਰਹਿ ਗਿਆ। ਗੁਆਂਢ ਦੇ ਵਿੱਚ ਰਹਿੰਦੇ ਇੱਕ ਵਿਅਕਤੀ ਜੋ ਕਿ ਪੁਲਿਸ ਦੇ ਵਿੱਚ ਸੀ, ਉਸਨੇ ਉਸ ਦਾ ਖਿਆਲ ਰੱਖਣਾ ਸ਼ੁਰੂ ਕੀਤਾ। ਉਸ ਨੂੰ ਸ਼ੁਰੂ ਤੋਂ ਹੀ ਪੜ੍ਹਾਉਣਾ ਸ਼ੁਰੂ ਕਰ ਦਿੱਤਾ, ਪਰ ਕਿਤੇ ਨਾ ਕਿਤੇ ਉਸ ਦੇ ਨਾਲ ਅਜਿਹਾ ਵਿਵਹਾਰ ਹੋ ਜਾਂਦਾ ਸੀ ਕਿ ਉਸ ਨੂੰ ਇਹ ਦੁਨੀਆ ਓਪਰੀ ਹੀ ਲੱਗਦੀ ਸੀ। ਪਰ ਨਾਮ ਦੇ ਨਾਲ ਜੁੜਿਆ ਰਹਿੰਦਾ ਸੀ ਕਿਉਂਕਿ ਦੱਸਣ ਵਾਲਿਆਂ ਦੇ ਮੁਤਾਬਕ ਉਸ ਦੇ ਮਾਤਾ ਪਿਤਾ ਗੁਰਸਿੱਖੀ ਬਿਰਤੀ ਦੇ ਸਨ ਅਤੇ ਹਮੇਸ਼ਾ ਨਾਮ ਦੇ ਨਾਲ ਜੁੜੇ ਰਹਿੰਦੇ ਸੀ। ਸੋ ਜਿਸ ਦਾ ਪ੍ਰਭਾਵ ਉਸ ਦੇ ਉੱਤੇ ਵੀ ਪਿਆ। ਬਚਪਨ ਤੋਂ ਹੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦਾ ਅਤੇ ਨਾਮ ਸਿਮਰਨ ਦੇ ਵਿੱਚ ਜੁੜ ਜਾਂਦਾ, ਜਿਸ ਤੋਂ ਬਾਅਦ ਉਹ ਆਪਣੀ ਪੜ੍ਹਾਈ ਲਿਖਾਈ ਸ਼ੁਰੂ ਕਰਦਾ ਸੀ। ਸੋ ਸ਼ੁਰੂ ਤੋਂ ਹੀ ਉਹ ਅਰਦਾਸ ਕਰਦਾ ਰਿਹਾ ਕਿ ਹੇ ਪਰਮਾਤਮਾ, ਮੈਨੂੰ ਇੱਕ ਵੱਡਾ ਬੰਦਾ ਬਣਾਈ। ਮੈਂ ਬਹੁਤ ਦੁੱਖ ਦੇਖੇ ਨੇ ਤੇ ਹੁਣ ਮੈਂ ਹੋਰ ਦੁੱਖ ਨਹੀਂ ਦੇਖਣਾ ਚਾਹੁੰਦਾ। ਸੋ ਮੈਂ ਇੱਕ ਅਮੀਰ ਤੇ ਵੱਡਾ ਬੰਦਾ ਬਣਨਾ ਚਾਹੁੰਦਾ ਹਾਂ। ਪਰਮਾਤਮਾ ਨੇ ਉਸਦੀ ਸੁਣੀ ਵੀ, ਪੜ੍ਹਾਈ ਦੇ ਵਿੱਚ ਵਧੀਆ ਸੀ ਤੇ ਪੜ੍ਹ ਲਿਖ ਕੇ ਉਹ ਇੱਕ ਪਾਇਲਟ ਬਣਿਆ ਅਤੇ ਆਪਣੇ ਖੇਤਰ ਦੇ ਵਿੱਚ ਇੱਕ ਨਿਪੁੰਨ ਪਾਇਲਟ ਬਣਿਆ। ਇੰਨਾ ਵਧੀਆ ਪਾਇਲਟ ਬਣਿਆ ਕਿ ਨਵੇਂ ਬਣਨ ਵਾਲੇ ਸਟੂਡੈਂਟ ਪਾਇਲਟਸ ਨੂੰ ਉਹ ਟ੍ਰੇਨਿੰਗ ਦਿੰਦਾ ਸੀ ਅਤੇ ਵਧੀਆ ਪੈਸਾ ਵੀ ਕਮਾਉਂਦਾ ਸੀ। ਆਪਣੇ ਕਹਿ ਮੁਤਾਬਕ ਹੁਣ ਤੱਕ ਉਹ ਇੱਕ ਵੱਡਾ ਪਾਇਲਟ ਬਣ ਚੁੱਕਿਆ ਸੀ ਜੋ ਕਿ ਇੱਕ ਗੁਰਸਿੱਖ ਪਾਇਲਟ ਸੀ। ਘਰ ਪਰਿਵਾਰ ਵੀ ਵਧੀਆ ਹੋ ਚੁੱਕਿਆ ਸੀ ਤੇ ਉਸ ਦੀ ਸੁਖੀ ਜੀਵਨ ਦੀ ਸ਼ੁਰੂਆਤ ਵੀ ਹੋਣ ਲੱਗੀ ਸੀ। ਪਰ ਪਰਮਾਤਮਾ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ। ਇੱਕ ਦਿਨ ਦੁਪਹਿਰ ਦੇ ਸਮੇਂ ਉਸ ਨੇ ਉਡਾਨ ਭਰੀ। ਪਹਿਲਾ ਪਹਿਲ ਤਾਂ ਸਭ ਕੁਝ ਵਧੀਆ ਚੱਲਦਾ ਰਿਹਾ, ਪਰ ਅਸਮਾਨ ਦੇ ਵਿੱਚ ਹੀ ਉਸ ਦੇ ਪਲੇਨ ਦੇ ਵਿੱਚ ਕੋਈ ਤਕਨੀਕੀ ਖਰਾਬੀ ਆਈ ਅਤੇ ਉਸ ਦੇ ਜਹਾਜ਼ ਦਾ ਬੈਲੈਂਸ ਖਰਾਬ ਹੋ ਗਿਆ। ਦੇਖਦਿਆਂ ਹੀ ਦੇਖਦਿਆਂ ਅਸਮਾਨ ਦੇ ਵਿੱਚ ਹੀ ਉਸ ਦੇ ਜਹਾਜ਼ ਨੂੰ ਅੱਗ ਪੈ ਗਈ ਤੇ ਉਸ ਦਾ ਜਹਾਜ਼ ਕ੍ਰੈਸ਼ ਹੋ ਗਿਆ। ਆਪ ਤਾਂ ਉਹ ਜਹਾਜ਼ ਦੇ ਵਿੱਚੋਂ ਬਾਹਰ ਡਿੱਗ ਗਿਆ, ਪਰ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਇਆ। ਉਸ ਨੂੰ ਹਸਪੀਟਲ ਲਿਜਾਇਆ ਗਿਆ ਜਿੱਥੇ ਇਲਾਜ ਦੇ ਦੌਰਾਨ ਉਹ ਕੋਮਾ ਦੇ ਵਿੱਚ ਚਲਿਆ ਗਿਆ। ਸਿਰਫ ਦਿਮਾਗ ਹੀ ਚੱਲ ਰਿਹਾ ਸੀ, ਪਰ ਸਰੀਰ ਦਾ ਕੋਈ ਵੀ ਅੰਗ ਕੰਮ ਨਹੀਂ ਕਰ ਰਿਹਾ ਸੀ। ਇੱਕ ਲਾਸ਼ ਦੇ ਵਾਂਗ ਉਹ ਹਸਪੀਟਲ ਦੇ ਵਿੱਚ ਪਿਆ ਸੀ। ਇਸੇ ਤਰ੍ਹਾਂ ਪੈ ਨੂੰ ਉਸ ਨੂੰ ਪੂਰੇ 8 ਮਹੀਨੇ ਬੀਤ ਗਏ, ਪਰ ਸਰੀਰ ਦੇ ਵਿੱਚ ਕੋਈ ਤਬਦੀਲੀ ਨਾ ਆਈ। ਇੱਕ ਜਿੰਦਾ ਲਾਸ਼ ਕਿਹਾ ਜਾ ਸਕਦਾ ਸੀ। ਸੁਣ ਦੇਖ ਤੇ ਸੋਚ ਸਭ ਕੁਝ ਸਕਦਾ ਸੀ, ਪਰ ਨਾ ਹੀ ਖਾ ਸਕਦਾ ਸੀ ਤੇ ਨਾ ਹੀ ਹਿਲਜੁਲ ਸਕਦਾ ਸੀ। ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਅਜਿਹੀ ਹਾਲਤ ਦੇ ਵਿੱਚ ਵੀ ਉਸ ਦਾ ਸੰਬੰਧ ਪਰਮਾਤਮਾ ਦੇ ਨਾਲੋਂ ਨਹੀਂ ਟੁੱਟਿਆ। ਅੰਦਰ ਵਾਹਿਗੁਰੂ ਦਾ ਜਾਪ ਤੇ ਬੇਨਤੀ ਚੌਪਈ ਦਾ ਪਾਠ ਲਗਾਤਾਰ ਚੱਲਦਾ ਰਿਹਾ। ਇਸ ਨੂੰ ਪਰਮਾਤਮਾ ਵਾਹਿਗੁਰੂ ਦੀ ਮਿਹਰ ਜਾਂ ਚਮਤਕਾਰ ਵੀ ਕਹਿ ਸਕਦੇ ਹੋ। 8 ਮਹੀਨਿਆਂ ਬਾਅਦ ਜਦੋਂ ਉਸ ਦੀ ਹਾਲਤ ਦੇ ਵਿੱਚ ਕੋਈ ਸੁਧਾਰ ਨਾ ਹੋਇਆ ਤਾਂ ਹਾਲਾਤ ਇੱਕ ਮੁਰਦੇ ਦੀ ਤਰ੍ਹਾਂ ਹੋ ਗਏ ਤੇ ਡਾਕਟਰਾਂ ਨੇ ਇੱਕ ਦਿਨ ਉਸ ਦੇ ਪਰਿਵਾਰ ਨੂੰ ਕਿਹਾ ਕਿ ਇਸ ਨੇ ਮਰ ਹੀ ਜਾਣਾ ਹੈ ਕਿਉਂਕਿ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਵੈਂਟੀਲੇਟਰ ਉੱਪਰ ਵੀ ਬਹੁਤਾ ਸਮਾਂ ਨਹੀਂ ਰੱਖਿਆ ਜਾ ਸਕਦਾ ਤੇ ਨਾ ਹੀ ਇਸ ਦੇ ਕੋਈ ਠੀਕ ਹੋਣ ਦੀ ਉਮੀਦ ਹੈ। ਸੋ ਜਦੋਂ ਇਹ ਬੋਲ ਉਸ ਦੇ ਕੰਨਾਂ ਦੇ ਵਿੱਚ ਪਏ ਤਾਂ ਉਸ ਦੇ ਅੰਦਰ ਬਹੁਤ ਕੁਝ ਚੱਲਣ ਲੱਗਿਆ। ਇੱਕ ਮਰਨ ਦਾ ਡਰ ਵੀ ਉਸ ਦੇ ਅੰਦਰ ਆ ਚੁੱਕਿਆ ਸੀ। ਉਸ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਹੇ ਪਰਮਾਤਮਾ, ਮੈਂ ਤਾਂ ਤੁਹਾਡੇ ਅੱਗੇ ਅਰਦਾਸ ਕਰਦਾ ਸੀ ਕਿ ਮੈਨੂੰ ਇੱਕ ਵੱਡਾ ਬੰਦਾ ਬਣਾ ਦਿਓ। ਮੈਂ ਸਾਰੇ ਸੁੱਖ ਭੋਗਣਾ ਚਾਹੁੰਦਾ ਸੀ ਜ਼ਿੰਦਗੀ ਦੇ। ਤੁਸੀਂ ਮੇਰੀ ਅਰਦਾਸ ਸੁਣੀ ਵੀ ਤੇ ਪੂਰੀ ਵੀ ਕੀਤੀ, ਪਰ ਜਦੋਂ ਮੇਰੇ ਸੁੱਖ ਭੋਗਣ ਦਾ ਸਮਾਂ ਆਇਆ ਤਾਂ ਤੁਸੀਂ ਮੇਰੀ ਜ਼ਿੰਦਗੀ ਹੀ ਖਤਮ ਕਰਨ ਲੱਗੇ ਹੋ। ਮੈਂ ਜਿਉਣਾ ਚਾਹੁੰਦਾ ਹਾਂ। ਮਨਰੂਪ ਸਿੰਘ ਨੇ ਦੱਸਿਆ ਕਿ ਮੇਰੇ ਮਨ ਹੀ ਮਨ ਦੇ ਅੰਦਰ ਬੇਨਤੀ ਚੌਪਈ ਸਾਹਿਬ ਦੇ ਪਾਠ ਚੱਲਣ ਲੱਗੇ। ਜਦੋਂ ਮੈਂ ਬੇਨਤੀ ਚੌਪਈ ਦੇ ਪਾਠ ਕਰ ਰਿਹਾ ਸੀ ਤਾਂ ਮੈਨੂੰ ਘੋੜਿਆਂ ਦੇ ਪੈਰਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ ਤੇ ਸਾਰੇ ਪਾਸੇ ਇੱਕ ਇਲਾਹੀ ਪ੍ਰਕਾਸ਼ ਹੋ ਗਿਆ। ਸਾਰੇ ਪਾਸੇ ਕੀਰਤਨ, ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉਣ ਲੱਗੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਨੂੰ ਪ੍ਰਤੱਖ ਦਰਸ਼ਨ ਦਿੱਤੇ। ਗੁਰੂ ਸਾਹਿਬ ਨੇ ਉਸ ਨੂੰ ਉੱਠਣ ਦਾ ਇਸ਼ਾਰਾ ਕੀਤਾ ਅਤੇ ਕਿਹਾ ਕਿ ਅਨੰਦਪੁਰ ਸਾਹਿਬ ਜਾ ਕੇ ਆ, ਤੇਰਾ ਉੱਥੇ ਕੋਈ ਉਡੀਕ ਕਰ ਰਿਹਾ ਹੈ। ਜੀਵਨ ਗੁਰਸਿੱਖੀ ਦੇ ਵਿੱਚ ਪੂਰਨ ਕਰ ਲੈ ਤੇ ਅਮਰ ਛਕ ਲੈ। ਪ੍ਰਕਾਸ਼ ਘਟਣ ਤੋਂ ਬਾਅਦ ਉਹ 8 ਮਹੀਨਿਆਂ ਤੋਂ ਮੰਜੇ ਦੇ ਉੱਤੇ ਪਿਆ ਪਾਇਲਟ ਉਸ ਨੂੰ ਇੱਕਦਮ ਹੋਸ਼ ਆ ਗਈ ਅਤੇ ਉਸ ਵੇਲੇ 3 ਵਜੇ ਅੰਮ੍ਰਿਤ ਵੇਲੇ ਦਾ ਟਾਈਮ ਸੀ। ਹੋਸ਼ ਆਉਣ ਤੇ ਕਮਰੇ ਦੇ ਵਿੱਚ ਕੋਈ ਨਹੀਂ ਸੀ, ਸਾਰੇ ਪਾਸੇ ਮਸ਼ੀਨਾਂ ਸਨ। ਅਜਿਹਾ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਉਸ ਨੂੰ ਕਦੀ ਕੁਝ ਹੋਇਆ ਹੀ ਨਾ ਹੋਵੇ। ਬਿਨਾਂ ਕਿਸੇ ਨੂੰ ਕੁਝ ਦੱਸੇ ਪੁੱਛੇ ਉਹ ਉੱਥੋਂ ਉੱਠ ਕੇ ਖੁਦ ਹੀ ਚਲਾ ਗਿਆ। ਚੱਲਣ ਦੇ ਵਿੱਚ ਕੋਈ ਵੀ ਪਰੇਸ਼ਾਨੀ ਨਹੀਂ ਆਈ। ਇਹ ਸਭ ਕੁਝ ਇਸੇ ਕਰਕੇ ਹੋ ਰਿਹਾ ਸੀ ਕਿਉਂਕਿ ਮੀਰੀ ਪੀਰੀ ਦੇ ਮਾਲਕ ਉਸ ਨੂੰ ਅਨੰਦਪੁਰ ਸਾਹਿਬ ਦੇ ਵਿੱਚ ਉਡੀਕ ਰਹੇ ਸੀ। ਪਿਆਰ ਦੇ ਨਾਲ ਭਰਿਆ ਹੋਇਆ ਮਨਰੂਪ ਸਿੰਘ ਇਸ਼ਨਾਨ ਕਰਨ ਤੋਂ ਬਾਅਦ ਸ੍ਰੀ ਕੇਸਗੜ੍ਹ ਸਾਹਿਬ ਪਹੁੰਚਿਆ। ਗੁਰੂ ਸਾਹਿਬ ਦੇ ਪ੍ਰਤੱਖ ਦਰਸ਼ਨ ਪਾਏ। ਉੱਧਰ ਜਦੋਂ ਹਸਪੀਟਲ ਦੇ ਵਿੱਚ ਪਤਾ ਲੱਗਿਆ ਕਿ ਮਨਰੂਪ ਆਪਣੇ ਮੰਜੇ ਦੇ ਉੱਤੇ ਨਹੀਂ ਹੈ ਤੇ ਸਾਰਿਆਂ ਦੀ ਹੈਰਾਨੀ ਦੀ ਸੀਮਾ ਨਹੀਂ ਰਹੀ ਤੇ ਸਾਰੇ ਪਾਸੇ ਉਸ ਦੀ ਤਲਾਸ਼ ਜਾਰੀ ਹੋ ਗਈ ਕਿਉਂਕਿ ਉਹ ਆਪਣੇ ਆਪ ਤਾਂ ਕਿਤੇ ਜਾ ਨਹੀਂ ਸਕਦਾ ਸੀ। ਪਰ ਇੱਕ ਦਿਨ ਗੁਜਰਨ ਤੋਂ ਬਾਅਦ ਉਹ ਆਪਣੇ ਆਪ ਹੀ ਆਪਣੇ ਘਰ ਆ ਗਿਆ। ਪਰਿਵਾਰ ਵਾਲਿਆਂ ਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਉਹ ਖੁਸ਼ੀ ਮਨਾਉਣ ਜਾਂ ਫਿਰ ਹੈਰਾਨ ਹੋਣ ਕਿਉਂਕਿ ਬਾਣੇ ਦੇ ਵਿੱਚ ਸਜਿਆ ਹੋਇਆ ਮਨਰੂਪ ਸਿੰਘ ਪਰਮਾਤਮਾ ਦੀ ਕਿਰਪਾ ਨੂੰ ਸਾਫ ਸਾਫ ਬਿਆਨ ਕਰ ਰਿਹਾ ਸੀ ਤੇ ਅੱਜ ਵੀ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਜੁੜਿਆ ਹੋਇਆ ਅਨੰਦਪੁਰ ਸਾਹਿਬ ਦੇ ਵਿੱਚ ਸੇਵਾ ਕਰਦਾ ਹੈ। ਪਰਮਾਤਮਾ ਸਭ ਦੀ ਜਾਣਦਾ ਹੈ
ते जीवन मरण उस दे हाथ दे विच ही है। उसकी कृपा कदों ते केड़े वेले किस रूप दे विच हो जानी है इसका कोई अंदाजा नहीं लगा सकता। नाम दे नाल जीवन जोड़ी रखो, परमात्मा सहाई होवेगा।